ਉਹ ਬੰਦਾ ਇਹ ਗੱਲ ਦਾਵਾ ਕਰ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਦੇਖੋ ਜੀ ਇੱਕ ਵਾਰ ਬਿਆਨ ਦਿੱਤਾ ਸੀ ਕਿ ਮੈਂ ਮਤਲਬ ਇਸ ਸੰਵਿਧਾਨ ਨੂੰ ਨਹੀਂ ਮੰਨਦਾ, ਇਸ ਕਰਕੇ ਇਸ ਆਧਾਰ ਦੇ ਉੱਤੇ ਉਹਨੂੰ ਇਸ ਦੇਸ਼ ਦਾ ਨਾਗਰਿਕ ਨਹੀਂ ਮੰਨਿਆ ਜਾ ਸਕਦਾ ਤੇ ਜਿਹੜਾ ਇਸ ਦੇਸ਼ ਦਾ ਨਾਗਰਿਕ ਨਹੀਂ ਹੈ ਉਹਨੂੰ ਵੋਟਾਂ ਲੜਨ ਦਾ ਅਧਿਕਾਰ ਨਹੀਂ। ਜਿਹੜੀ ਇਹ ਪਟੀਸ਼ਨ ਆ ਵੀ ਉਹਨੂੰ ਰੱਦ ਕੀਤਾ ਆ, ਕਿਉਂਕਿ ਸਿੱਧੀ ਜਿਹੀ ਗੱਲ ਆ ਵੀ ਇਹਦੇ ਵਿੱਚ ਕੋਈ ਆਧਾਰ ਨਹੀਂ ਸੀ, ਐਵੇਂ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਭੰਬੜ ਭੂਸੇ ਵਾਲੀ ਗੱਲ ਜਿਹੜੀ ਤੁਸੀਂ ਕਹੀ ਆ ਜੀ ਉਹੋ ਜਿਹੀ ਗੱਲ ਸੀ। ਤਰਸੇਮ ਸਿੰਘ ਅਤੇ ਸਰਬਜੀਤ ਸਿੰਘ ਹੋਰਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ ਆ ਰੱਖੜ ਪੁੰਨਿਆ ਦਾ ਜਿਹੜਾ ਮੇਲਾ ਹੁੰਦਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ, ਉਸ ਜੋੜ ਮੇਲੇ ਦੇ ਦੌਰਾਨ ਇੱਕ ਵੱਡੀ ਸਿਆਸੀ ਕਾਨਫਰੰਸ ਕਰਨ ਦਾ, ਤੇ ਜਿੱਥੋਂ ਉਹਨਾਂ ਦਾ ਕਹਿਣਾ ਆ ਕਿ ਜਿਹੜੀ ਨਵੀਂ ਪੰਥਕ ਸਿਆਸਤ ਦੀ ਸ਼ੁਰੂਆਤ ਕਰਨ ਦੀ ਉਹ ਕੋਸ਼ਿਸ਼ ਕਰਨਗੇ। ਸਿੱਖਾਂ ਨੂੰ ਇਹ ਗੱਲ ਪਤਾ ਲੱਗ ਚੁੱਕੀ ਆ ਕਿ ਇੰਡੀਅਨ ਅਸਟੈਬਲਿਸ਼ਮੈਂਟ ਦੇ ਅੰਡਰ ਉਹਨਾਂ ਦਾ ਨਾ ਧਰਮ ਸੁਰੱਖਿਅਤ ਆ, ਨਾ ਉਹਨਾਂ ਦੀ ਪਛਾਣ ਸੁਰੱਖਿਅਤ ਆ, ਨਾ ਉਹਨਾਂ ਦੀ ਬੋਲੀ ਸੁਰੱਖਿਅਤ ਆ, ਨਾ ਉਹਨਾਂ ਦੇ ਪਾਣੀ ਸੁਰੱਖਿਅਤ ਆ, ਨਾ ਉਹਨਾਂ ਦੀ ਜਵਾਨੀ ਸੁਰੱਖਿਅਤ ਆ, ਤੇ ਖੇਤੀ ਵੀ ਉਹਨਾਂ ਦੀ ਸੁਰੱਖਿਅਤ ਨਹੀਂ। ਸਿੱਖਾਂ ਦੀ ਜਿਹੜੀ ਮਨੋਸਥਿਤੀ ਆ ਉਹ ਕਿਸਾਨ ਸੰਘਰਸ਼ ਤੋਂ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਹੋਣ, ਚਾਹੇ ਭਾਈ ਸਰਬਜੀਤ ਸਿੰਘ ਹੋਣ, ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਵੇ, ਤਾਂ ਇਹ ਕਾਫੀ ਸਟਰੋਂਗਲੀ ਸਿੱਖ ਪੋਪੂਲੇਸ਼ਨ ਜਿਹੜੀ ਆ ਉਹ ਮੈਸੇਜ ਦੇ ਰਹੀ ਆ ਕਿ ਉਹਨਾਂ ਨੂੰ ਭਾਰਤੀ ਨਿਜ਼ਾਮ ਤੇ ਭਾਰਤੀ ਸਿਸਟਮ ਤੇ ਕੋਈ ਵੀ ਭਰੋਸਾ ਨਹੀਂ ਰਿਹਾ ਹੋਇਆ। ਜੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਚੋਣ ਲੜ ਲਈ ਆ ਤਾਂ ਉਹ ਭਾਰਤੀ ਸਿਸਟਮ ਦੇ ਵਿੱਚ ਚਲੇ ਗਏ ਆ। ਚੋਣਾਂ ਲੜਨ ਦੇ ਨਾਲ ਕੋਈ ਇੰਡੀਅਨ ਨੈਸ਼ਨਲਿਜ਼ਮ ਦਾ ਪੁਜਾਰੀ ਨਹੀਂ ਬਣ ਜਾਂਦਾ। ਪਰ ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰੀਆਂ ਅੱਜ ਤੱਕ ਚੋਣਾਂ ਲੜਦੇ ਰਹੇ ਆ, ਤਾਂ ਸਿਮਰਨਜੀਤ ਸਿੰਘ ਮਾਨ ਹੋਰੀ ਕੋਈ ਇੰਡੀਅਨ ਨੈਸ਼ਨਲਿਜ਼ਮ ਦੇ ਪੁਜਾਰੀ ਨਹੀਂ ਬਣੇ। ਉਹ ਠੋਕ ਵਜਾ ਕੇ ਜਿਹੜੀ ਸਿੱਖ ਸੋਵਰੈਨਿਟੀ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ, ਉਹ ਚੋਣ ਪ੍ਰਣਾਲੀ ਦਾ ਹਿੱਸਾ ਬਣਨ ਦੇ ਬਾਵਜੂਦ ਵੀ ਉੱਥੇ ਕਰਦੇ ਰਹੇ ਆ। ਜਦੋਂ ਤੁਸੀਂ ਉਸ ਲਾਈਨ ਤੇ ਚੱਲਦੇ ਹੋ ਤਾਂ ਤੁਹਾਨੂੰ MLA ਬਣਨ ਤੋਂ ਬਾਅਦ ਵੀ, ਸਰਕਾਰਾਂ ਬਣਾਉਣ ਤੋਂ ਬਾਅਦ ਤੁਹਾਡੀਆਂ ਸਰਕਾਰਾਂ ਡਿੱਗਣੀਆਂ ਵੀ ਨੇ, MLA ਬਣਨ ਤੋਂ ਬਾਅਦ ਵੀ ਤੁਹਾਨੂੰ ਜੇਲ੍ਹਾਂ 'ਚ ਸੁੱਟਿਆ ਜਾਣਾ, MP ਬਣਨ ਤੋਂ ਬਾਅਦ ਵੀ ਤੁਹਾਨੂੰ ਜੇਲ੍ਹਾਂ 'ਚ ਸੁੱਟਿਆ ਜਾਣਾ, ਤੁਹਾਡੇ ਹਲਕਿਆਂ ਨੂੰ, ਤੁਹਾਡੇ ਪਿੰਡਾਂ ਨੂੰ ਭਾਰਤ ਸਰਕਾਰ ਨੇ ਪੈਸਾ ਨਹੀਂ ਦੇਣਾ। ਪਰ ਸਿੱਖਾਂ ਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਆ ਕਿ ਵਿਕਾਸ ਕਦੇ ਆਜ਼ਾਦੀ ਦਾ ਬਦਲ ਨਹੀਂ ਹੁੰਦਾ। ਸੜਕਾਂ ਗਲੀਆਂ ਨਾਲੀਆਂ ਨੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਹੀਂ ਬਚਾਉਣੀਆਂ, ਤੁਹਾਡੀਆਂ ਇੱਜ਼ਤਾਂ ਜਿਹੜੀਆਂ ਆ, ਤੁਹਾਡੀ ਸੋਵਰੈਨਿਟੀ, ਤੁਹਾਡੀ ਆਜ਼ਾਦੀ ਨੇ ਬਚਾਉਣੀਆਂ। ਇਸੇ ਕਰਕੇ ਜਿਹੜੀਆਂ ਕੌਮਾਂ ਹੁੰਦੀਆਂ ਨੇ ਉਹ ਆਜ਼ਾਦੀ ਲੈਣ ਖਾਤਰ ਆਪਣਾ ਸਾਰਾ ਕੁਝ ਦਾਅ ਤੇ ਲਾਉਣ ਲਈ ਤਿਆਰ ਹੋ ਜਾਂਦੀਆਂ ਨੇ। ਸਿੱਖ ਭਾਵਨਾਵਾਂ ਵਾਲੇ ਜਿਹੜੇ ਲੋਕ ਨੇ, ਸੁਹਿਰਦ ਲੋਕ ਨੇ, ਉਹ ਯਤਨ ਕਰ ਰਹੇ ਆ ਵੀ ਕਿ ਜਿਹੜੀ ਸਿੱਖ ਪੋਲੀਟੀਕਲ ਡਿਸਕੋਰਸ ਆ ਉਹ ਇੰਡੀਅਨ ਪ੍ਰਭਾਵ ਤੋਂ ਮੁਕਤ ਸਿਰਜਿਆ ਜਾਵੇ, ਉਸਾਰਿਆ ਜਾਵੇ। ਇਹ ਦੂਜੇ ਪਾਸੇ ਇੰਡੀਅਨ ਅਸਟੈਬਲਿਸ਼ਮੈਂਟ ਦਾ ਵੀ ਇਹ ਜ਼ੋਰ ਲੱਗਿਆ ਹੋਇਆ ਕਿ ਜਿਹੜਾ ਨਵਾਂ ਸਾਰਾ ਸਿੱਖ ਪੋਲੀਟੀਕਲ ਡਿਸਕੋਰਸ ਉਸਰਨਾ ਆ ਉਹਦੇ ਵਿੱਚ ਕਿਵੇਂ ਉਹ ਮਤਲਬ ਉਹਨੂੰ ਆਪਣੇ ਮੁਤਾਬਕ ਉਸਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਅਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨੌਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ 'ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਰਸ, ਅੱਜ ਅਸੀਂ ਬੀਬੀ ਨੀਲਮ ਕੌਰ ਅਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਪ੍ਰੋਗਰਾਮ ਕਰਨ ਜਾ ਰਹੇ ਹਾਂ ਅਤੇ ਸਾਡੇ ਨਾਲ ਤੁਸੀਂ ਬਣੇ ਰਹੋ। ਮੇਰੇ ਨਾਲ ਇਸ ਵਕਤ ਟੋਰੋਂਟੋ ਤੋਂ ਸਾਡੇ ਕੋਰਸਪੋਂਡੈਂਟ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਹੋਏ ਆ, ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ। ਅੱਜ ਅਸੀਂ 9 ਅਗਸਤ 2024 25 ਸਾਉਣ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਅਤੇ ਜਿਹੜੀਆਂ ਅੱਜ ਦੀਆਂ ਅਹਿਮ ਖਬਰਾਂ ਨੇ ਉਹਨਾਂ 'ਤੇ ਨਜ਼ਰਸਾਨੀ ਮਾਰਦੇ ਹਾਂ। ਪਹਿਲੀ ਜਦੋਂ ਅਸੀਂ ਦੇਖਦੇ ਹਾਂ ਤਾਂ ਅਹਿਮ ਖਬਰ ਦੇ ਹਿਸਾਬ ਨਾਲ ਮਤਲਬ ਸਿੱਖ ਹਲਕਿਆਂ ਦੇ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਜਦੋਂ ਚਰਚਾ ਹੁੰਦੀ ਹੈ ਅਤੇ ਹੁਣ ਜਦੋਂ ਅਸੀਂ ਵੋਟ ਬੈਂਕ ਦਾ ਇੱਕ ਵੱਡਾ ਸ਼ਿਫਟ ਦੇਖਿਆ ਜਿਹਨੇ ਕਿਤੇ ਨਾ ਕਿਤੇ ਭਾਰਤ ਦੇ ਮੀਡੀਆ ਨੂੰ ਜਾਂ ਭਾਰਤ ਦੀਆਂ ਸਰਕਾਰਾਂ ਦੇ ਵੀ ਕੰਨ ਖੜ੍ਹੇ ਕੀਤੇ, ਉਹ ਸੀ ਫਰੀਦਕੋਟ ਅਤੇ ਖਡੂਰ ਸਾਹਿਬ ਦੀ ਸੀਟ। ਜਦੋਂ ਇੱਥੋਂ ਸਰਬਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਹੋਰੀ ਜਿਹੜੇ ਆ ਉਹ ਜਿੱਤੇ ਆ, ਅਤੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਮਾਰਜਨ ਲਗਭਗ 2 ਲੱਖ ਵੋਟਾਂ ਦਾ ਸੀ ਜਦੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜਿਹੜੀ ਇਹ ਲੋਕ ਸਭਾ ਦੀ ਚੋਣ ਹੋਈ ਹੈ। ਸੋ ਇਹਨੂੰ ਇੱਕ ਇਸ ਹਿਸਾਬ ਨਾਲ ਦੇਖਿਆ ਗਿਆ ਕਿ ਭਾਈ ਜਿਹੜਾ ਸਿੱਖਾਂ ਦਾ ਗੁੱਸਾ ਆ ਸਿਸਟਮ ਦੇ ਖਿਲਾਫ ਉਹ ਲੋਕਾਂ ਨੇ ਫਰੀਦਕੋਟ ਅਤੇ ਖਡੂਰ ਸਾਹਿਬ ਦੇ ਲੋਕਾਂ ਨੇ ਕੱਢਿਆ। ਈਵਨ ਸੰਗਰੂਰ ਤੋਂ ਵੀ ਜਿਹੜੀ ਹੈ 2 ਲੱਖ ਦੇ ਕਰੀਬ ਵੋਟ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਪਈ ਹੈ। ਸੋ ਇਸ ਨਜ਼ਰੀਏ ਤੋਂ ਦੇਖਦਿਆਂ ਹੋਇਆਂ ਮਤਲਬ ਇਸ ਗੱਲ ਦੀ ਅਹਿਮੀਅਤ ਸਾਡੇ ਲਈ ਸਿੱਖਾਂ ਦੇ ਲਈ ਖਾਸੀ ਹੈਗੀ ਹੈ, ਅਤੇ ਇਹਨੂੰ ਹੁਣ ਨਿਊਟਰਲਾਈਜ਼ ਕਿਵੇਂ ਕੀਤਾ ਜਾਣਾ ਆ ਜਾਂ ਇਹਦੇ 'ਤੇ ਅਗਲੀ ਜਿਹੜੀ ਕਾਰਵਾਈ ਹੈ ਉਹਨੂੰ ਕਿਵੇਂ ਭੰਬਲ ਭੂਸਾ ਕ੍ਰੀਏਟ ਕਰਕੇ ਉਹ ਕਰਨਾ, ਉਹ ਨਾਲ ਦੀ ਨਾਲ ਜਿਹੜਾ ਉਹ ਕੰਮ ਹੈ ਦੂਜੇ ਪਾਸਿਓਂ ਉਹ ਵੀ ਸ਼ੁਰੂ ਹੋ ਜਾਂਦਾ। ਸੋ ਇਸੇ ਸੰਦਰਭ ਦੇ ਵਿੱਚ ਇੱਕ ਜਿਹੜੀ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਗਈ, ਜਿੱਥੇ ਇਹ ਦਾਅਵਾ ਕੀਤਾ ਗਿਆ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਹੈਗੇ ਆ ਉਹਨਾਂ ਦੀਆਂ ਪਿਛਲੇ ਸਾਲ ਦੇ ਵਿੱਚ ਸਟੇਟਮੈਂਟਸ ਇਸ ਕਿਸਮ ਦੀਆਂ ਆਈਆਂ ਨੇ ਕਿ ਉਹ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ। ਸੋ ਇਸ ਆਧਾਰ ਦੇ ਉੱਤੇ ਪਟੀਸ਼ਨ ਫਾਈਲ ਕੀਤੀ ਗਈ ਕਿ ਜਿਹੜੀ ਉਹਨਾਂ ਦੀ ਇਲੈਕਸ਼ਨ ਹੈਗੀ ਹੈ ਉਹ ਇਲੈਕਟ ਹੋਏ ਆ ਭਾਰਤ ਦੀ ਲੋਕ ਸਭਾ ਦੇ ਵਿੱਚ ਇਸ ਚੋਣ ਪ੍ਰਣਾਲੀ ਦੇ ਰਾਹੀਂ, ਉਸ ਨੂੰ ਖਾਰਜ ਕੀਤਾ ਜਾਵੇ, ਉਸ ਨੂੰ ਡਿਸਮਿਸ ਕੀਤਾ ਜਾਵੇ, ਉਸ ਨੂੰ ਖਤਮ ਕੀਤਾ ਜਾਵੇ। ਸੋ ਉਹਨਾਂ ਦੀ ਜਿਹੜੀ ਇਲੈਕਸ਼ਨ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਂਦੀ ਇਹ ਪਟੀਸ਼ਨ ਸੀਗੀ ਉਹ ਦਾਖਲ ਕੀਤੀ ਗਈ, ਅਤੇ ਅੱਜ ਦੀ ਜਿਹੜੀ ਲੇਟੈਸਟ ਖਬਰ ਹੈ ਕਿ ਉਹ ਕਿ ਭਾਰਤੀ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਹੈ। ਮਤਲਬ ਇਹ ਕਿ ਭਾਵੇਂ ਹੁਣ ਅੰਮ੍ਰਿਤਪਾਲ ਸਿੰਘ ਹੋਰੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈਗੇ ਆ, ਉਹਨਾਂ ਨੂੰ ਉੱਥੇ ਹੀ ਰੱਖਿਆ ਗਿਆ, ਸਹੁੰ ਚੁਕਾਉਣ ਦੇ ਲਈ ਵੀ ਮਤਲਬ ਉੱਥੋਂ ਫਲਾਈ ਕਰਕੇ ਲਿਆਂਦਾ ਗਿਆ ਅਤੇ ਚੁੱਪ ਚੁਪੀਤੇ ਸਹੁੰ ਚੁਕਾ ਕੇ ਬਿਨਾਂ ਕਿਸੇ ਫੋਟੋ ਤੋਂ, ਬਿਨਾਂ ਕਿਸੇ ਖਬਰ ਤੋਂ, ਬਿਨਾਂ ਕਿਸੇ ਹੋਰ ਅਹੁਦੇ ਤੋਂ ਉਹਨਾਂ ਨੂੰ ਵਾਪਸ ਉੱਥੇ ਲਿਜਾ ਕੇ ਉਹ ਕੀਤਾ ਗਿਆ, ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ। ਪਰ ਭਾਵੇਂ ਉਹ ਕਹਿਣ ਨੂੰ MP ਹੈਗੇ ਆ, ਮੈਂਬਰ ਪਾਰਲੀਮੈਂਟ ਨੇ, ਪਰ ਕਿਸੇ ਵੀ ਕਿਸਮ ਦੀ ਜਿਹੜੀ ਉਹਨਾਂ ਦੀ ਰਿਪ੍ਰੈਜੈਂਟੇਸ਼ਨ ਹੈਗੀ ਹੈ ਕਿ ਉਹ ਖਡੂਰ ਸਾਹਿਬ ਦੇ ਲੋਕਾਂ ਦੀ ਨੁਮਾਇੰਦਗੀ ਕਿਸੇ ਹਿਸਾਬ ਨਾਲ ਕਰ ਸਕਣ, ਉਸ ਕਿਸਮ ਦੀ ਪਾਵਰ ਉਹਨਾਂ ਨੂੰ ਨਹੀਂ ਦਿੱਤੀ ਗਈ। ਜਿੱਥੇ ਇਹ ਇੱਕ ਪਾਰਟ ਹੈ ਉੱਥੇ ਦੂਜਾ ਪਾਰਟ ਅੱਜ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਖਾਰਜ ਕਰਕੇ ਇਹ ਓਕੇ ਕਰ ਦਿੱਤੀ ਹੈ ਕਿ ਠੀਕ ਹੈ ਭਾਈ ਜਿਹੜੀ ਉਹਨਾਂ ਦੀ ਇਲੈਕਸ਼ਨ ਹੈ ਇਹ ਜਾਇਜ਼ ਹੈ, ਇਹ ਠੀਕ ਹੈ, ਅਤੇ ਇਹਨੂੰ ਕਿਸੇ ਵੀ ਕਿਸਮ ਦਾ ਜਿਹੜਾ ਚੈਲੰਜ ਹੈ ਉਹ ਨਹੀਂ ਬਣਦਾ ਹੈਗਾ ਜਦੋਂ ਅਸੀਂ ਲੀਗਲ ਚੈਨਲਸ ਨੂੰ ਐਕਸਪਲੋਰ ਕਰਦੇ ਹਾਂ। ਸੋ ਇਸ ਤੋਂ ਆਪਣੇ ਪਹਿਲੇ ਸੈਗਮੈਂਟ ਦੀ ਸ਼ੁਰੂਆਤ ਕਰੀਏ, ਫਿਰ ਅੱਗੇ ਵੱਧਦੇ ਹਾਂ ਅਤੇ ਓਵਰਆਲ ਇਹ ਜਿਹੜਾ ਸੁਪਰੀਮ ਕੋਰਟ ਵੱਲੋਂ ਫੈਸਲਾ ਲਿਆ ਗਿਆ ਇਹਨੂੰ ਕਿਵੇਂ ਦੇਖਿਆ ਜਾਵੇ? ਦੇਖੋ, ਸੁਪਰੀਮ ਕੋਰਟ ਦਾ ਜਿਹੜਾ ਇਹ ਫੈਸਲਾ ਆ ਉਹ ਜਿਹੜਾ ਇਹ ਭਾਰਤ ਦੇ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਜਿਹੜੇ ਸੁਪਰੀਮ ਕੋਰਟ ਦੇ ਜੱਜ ਆ ਉਹਨਾਂ ਨੇ ਫੈਸਲਾ ਕਰਨਾ ਸੀ ਅਤੇ ਉਸੇ ਮੁਤਾਬਕ ਕੀਤਾ, ਕਿਉਂਕਿ ਅਮਰਵੀਰ ਸਿੰਘ ਜੀ ਜਿਹੜੀ ਇਹ ਪਟੀਸ਼ਨ ਸੀ ਉਹਦੇ ਵਿੱਚ ਕੋਈ ਮਤਲਬ ਕੋਈ ਵਜਨ ਵੀ ਹੁੰਦਾ ਨਾ ਕਿਸੇ ਗੱਲ 'ਚ, ਮਤਲਬ ਉਹਦੇ 'ਚ ਕੋਈ ਵਜਨ ਵਾਲੀ ਗੱਲ ਹੀ ਨਹੀਂ ਸੀ। ਮਤਲਬ ਉਹ ਬੰਦਾ ਇਹ ਗੱਲ ਦਾਅਵਾ ਕਰ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਦੇਖੋ ਜੀ ਇੱਕ ਵਾਰ ਬਿਆਨ ਦਿੱਤਾ ਸੀ ਕਿ ਮੈਂ ਮਤਲਬ ਇਸ ਸੰਵਿਧਾਨ ਨੂੰ ਨਹੀਂ ਮੰਨਦਾ, ਇਸ ਕਰਕੇ ਇਸ ਆਧਾਰ ਦੇ ਉੱਤੇ ਉਹਨੂੰ ਇਸ ਦੇਸ਼ ਦਾ
ਨਾਗਰਿਕ ਨਹੀਂ ਮੰਨਿਆ ਜਾ ਸਕਦਾ ਤੇ ਜਿਹੜਾ ਇਸ ਦੇਸ਼ ਦਾ ਨਾਗਰਿਕ ਨਹੀਂ ਹੈ ਉਹਨੂੰ ਵੋਟਾਂ ਲੜਨ ਦਾ ਅਧਿਕਾਰ ਨਹੀਂ। ਤਾਂ ਮਤਲਬ ਉਹਦੇ ਵਿੱਚ ਜਿਹੜੇ ਜੱਜ ਨੇ ਉਹਨਾਂ ਨੇ ਸਿੱਧਾ ਹੀ ਮਤਲਬ ਜਿਹੜੀ ਇਹ ਪਟੀਸ਼ਨ ਆ ਵੀ ਉਹਨੂੰ ਰੱਦ ਕੀਤਾ ਆ, ਕਿਉਂਕਿ ਸਿੱਧੀ ਜਿਹੀ ਗੱਲ ਆ ਵੀ ਇਹਦੇ ਵਿੱਚ ਕੋਈ ਆਧਾਰ ਨਹੀਂ ਸੀ, ਐਵੇਂ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਭੰਬੜ ਭੂਸੇ ਵਾਲੀ ਗੱਲ ਜਿਹੜੀ ਤੁਸੀਂ ਕਹੀ ਆ ਇਹ ਉਹੋ ਜਿਹੀ ਗੱਲ ਸੀ। ਪਰ ਜਿਹੜਾ ਅਹਿਮ ਮਸਲਾ ਆ ਇਸ ਸਮੇਂ ਉਹ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਆਜ਼ਾਦੀ ਸੰਘਰਸ਼ ਨੇ ਇੱਕ ਨਵੀਂ ਸਿਆਸਤ ਦਾ ਮੁੱਢ ਬੰਨਿਆ ਸੀ 1984 ਦੇ ਭਾਰਤੀ ਹਮਲੇ ਤੋਂ ਬਾਅਦ। ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਥਿਆਰਬੱਧ ਸੰਘਰਸ਼ ਲੜਿਆ ਗਿਆ, ਪੰਜਾਬ ਦੇ ਵਿੱਚ ਓਵਰਗਰਾਊਂਡ ਪੋਲੀਟੀਕਲ ਡਿਸਕੋਰਸ ਅਸਟੈਬਲਿਸ਼ ਹੋਇਆ ਖਾਲਿਸਤਾਨ ਦੀ ਅਸਟੈਬਲਿਸ਼ਮੈਂਟ ਵਾਸਤੇ। ਤਾਂ ਸਰਕਾਰ ਨੇ ਭਾਰਤ ਦੀ ਜਿਹੜੀ ਸਟੇਟ ਆ ਉਹਨੇ ਮਤਲਬ ਬੜਾ ਮੁਹੀ ਤਸ਼ੱਦਦ ਕਰਕੇ, ਅੰਨੇਵਾਹ ਤਸ਼ੱਦਦ ਕਰਕੇ ਜਿਹੜਾ ਆ ਉਸ ਮੂਵਮੈਂਟ ਨੂੰ ਸਨੱਬ ਕੀਤਾ ਤੇ ਹਥਿਆਰਬੰਦ ਸੰਘਰਸ਼ ਨੂੰ ਵੀ ਦੇ ਵਿੱਚ ਵੀ ਇੱਕ ਖੜੋਤਾਈ ਅਸੀਂ ਸਾਰਾ ਇਤਿਹਾਸ ਦੇਖਿਆ ਆ ਜੀ। ਤਾਂ ਉਹ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪੋਲੀਟੀਕਲ ਡਿਸਕੋਰਸ ਪਾਵਰਫੁੱਲ ਸੀ ਉਹ ਉਸ ਸਮੇਂ ਤੱਕ ਖਾੜਕੂ ਸਿੰਘਾਂ ਵਾਲਾ ਜਿਹੜਾ ਸਿੱਖ ਸਿਆਸਤ ਦੇ ਵਿੱਚ ਵੀ ਜਿਹੜਾ ਡਿਸਕੋਰਸ ਆ ਉਹ ਖਾੜਕੂ ਸਿੰਘਾਂ ਦੇ ਹੱਥ 'ਚ ਸੀ। ਤੇ ਪਰ ਉਸ ਤੋਂ ਬਾਅਦ 1995 ਤੋਂ ਬਾਅਦ ਇੰਡੀਅਨ ਅਸਟੈਬਲਿਸ਼ਮੈਂਟ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਾਹੀਂ ਇੰਡੀਅਨ ਨੈਸ਼ਨਲਿਜ਼ਮ ਵਾਲਾ ਜਿਹੜਾ ਡਿਸਕੋਰਸ ਆ ਉਹਨੂੰ ਮੁੜ ਸਿੱਖ ਸਿਆਸਤ ਦਾ ਹਿੱਸਾ ਬਣਾਇਆ। ਤੇ ਇੱਕ ਲੰਮਾ ਸਮਾਂ ਅਸੀਂ ਦੇਖ ਸਕਦੇ ਹਾਂ ਕਿ 95 ਤੋਂ ਬਾਅਦ ਲਗਭਗ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਆ ਉਹ ਸੱਤਾ 'ਚ ਰਿਹਾ। ਤੇ ਜੋ ਜੋ ਉਹਨਾਂ ਨੇ ਕਾਰੇ ਕੁਕਰਮ ਕੀਤੇ ਆ, ਜੋ ਜਿਵੇਂ ਜਿਵੇਂ ਪੰਥ ਦਾ ਨੁਕਸਾਨ ਕੀਤਾ, ਤੇ ਅੱਜ ਮਤਲਬ ਹਾਲਾਤ ਸਾਰੇ ਸਿੱਖਾਂ ਦੇ ਸਾਹਮਣੇ ਆ ਕਿ ਇੰਨਾ ਕੁ ਸਿੱਖਾਂ ਨੂੰ ਕੁੱਟ ਮਾਰ ਚੁੱਕੇ ਆ, ਇੰਨਾ ਕੁ ਉਹ ਗਦਾਰੀਆਂ ਕਰ ਚੁੱਕੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ, ਕਿ ਉਹ ਟੋਟਲੀ ਡਿਸਕ੍ਰੈਡਿਟ ਹੋ ਚੁੱਕੀ ਆ। ਤਾਂ ਜਦੋਂ ਆਪਣੇ ਲੋਕਾਂ 'ਚ ਜਿਹੜਾ ਬੰਦਾ ਡਿਸਕ੍ਰੈਡਿਟ ਹੋ ਜੇ ਤਾਂ ਫਿਰ ਉਹੀ ਗੱਲ ਹੁੰਦੀ ਆ ਵੀ ਜਿਵੇਂ ਕੱਲ੍ਹ ਡਾਕਟਰ ਸਾਹਿਬ ਦਾ ਮੈਂ ਸੱਚੋ ਸੱਚ ਵੀ ਸੁਣ ਰਿਹਾ ਸੀ, ਤਾਂ ਉਹ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਕਿ ਸ਼ੇਖ ਹਸੀਨਾ ਕੁਝ ਘੰਟੇ ਪਹਿਲਾਂ ਤੱਕ ਬੰਗਲਾਦੇਸ਼ ਦੀ ਸਭ ਤੋਂ ਪ੍ਰਮੁੱਖ ਆਗੂ ਸੀ, ਸਭ ਤੋਂ ਵੱਧ ਤਾਕਤਵਰ ਆਗੂ ਸੀ ਜੀ। ਪਰ ਉਹ ਮਿੰਟਾਂ ਦੇ ਵਿੱਚ ਤੁਸੀਂ ਦੇਖੋ ਵੀ ਹਾਲਾਤ ਇਹ ਬਣੇ ਆ ਵੀ ਜਿਹਨਾਂ ਜਿਸ ਮੁਲਕ ਦੇ ਪਿੱਛੇ ਇਲਾਕੇ, ਭਾਰਤ ਦੇ ਪਿੱਛੇ ਇਲਾਕੇ, ਉਹਨੇ ਆਪਣੇ ਮੁਲਕ ਦੇ ਨਾਲ ਗੱਦਾਰੀ ਕੀਤੀ, ਕਿ ਅੱਜ ਭਾਰਤ ਦੀ ਸਰਕਾਰ ਵੀ ਉਹਨੂੰ ਕੁਝ ਮਤਲਬ ਇਹ ਆ ਵੀ ਉਹ ਘੰਟੇ ਗਿਣ ਰਹੀ ਹੈ ਵੀ ਇਸ ਤੈਨੂੰ ਇੰਨੇ ਘੰਟੇ ਰੱਖ ਸਕਦੇ ਆ, ਇਹ ਤੋਂ ਵੱਧ ਨਹੀਂ ਰੱਖ ਸਕਦੇ, ਜੋ ਵੀ ਉਹਦੀ ਸ਼ਰਨ ਦੇਣ ਤੋਂ ਇਨਕਾਰੀ ਹੋ ਗਏ। ਮਸਲਾ ਕੀ ਆ ਵੀ ਸ਼ੇਖ ਹਸੀਨਾ ਜਦੋਂ ਤੱਕ ਕ੍ਰੈਡੀਬਲ ਹੈਗੀ ਸੀ ਉਦੋਂ ਤੱਕ ਉਹ ਵਰਤੀ ਗਈ, ਉਹ ਤੋਂ ਬਾਅਦ ਉਹਦੀ ਹੁਣ ਕੋਈ ਬੁੱਕਤ ਨਹੀਂ, ਨਾ ਭਾਰਤ ਲਈ ਨਾ ਕਿਸੇ ਹੋਰ ਲਈ ਜੀ। ਤੇ ਇਹੀ ਹਾਲ ਅੱਜ ਅਸੀਂ ਦੇਖ ਰਹੇ ਹਾਂ ਕਿ ਬਾਦਲ ਪਰਿਵਾਰ ਦਾ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਬਾਕੀ ਸਾਰੀ ਲੀਡਰਸ਼ਿਪ ਆ, ਤੇ ਜਿੰਨਾ ਕੁ ਐਜ਼ ਆ ਟੂਲ ਯੂਜ਼ ਕਰਨਾ ਸੀ ਇਹਨਾਂ ਲੋਕਾਂ ਨੂੰ, ਇੰਡੀਅਨ ਅਸਟੈਬਲਿਸ਼ਮੈਂਟ ਨੇ ਸਿੱਖ ਪੋਲੀਟੀਕਲ ਡਿਸਕੋਰਸ ਨੂੰ ਇੰਡੀਅਨ ਨੈਸ਼ਨਲਿਜ਼ਮ ਥੱਲੇ ਲਿਆਉਣ ਵਾਸਤੇ ਉਹਨਾਂ ਕੋ ਕਰ ਚੁੱਕੇ ਆ। ਤੇ ਹੁਣ ਜਦੋਂ ਇਹ ਖੁੰਡੇ ਹੋ ਗਏ ਆ, ਇਹਨਾਂ ਦਾ ਕੋਈ ਅਸਰ ਨਹੀਂ ਰਿਹਾ ਸਿੱਖ ਸੋਸਾਇਟੀ ਤੇ, ਸਿੱਖ ਸਾਇਕੀ ਤੇ, ਫਿਰ ਹੁਣ ਸਰਕਾਰ ਜਿਹੜੀ ਆ ਇੰਡੀਅਨ ਅਸਟੈਬਲਿਸ਼ਮੈਂਟ ਜਿਹੜੀ ਆ ਉਹ ਨਵੇਂ ਰਾਹ ਤਰਾਸ਼ ਰਹੀ ਆ ਜੀ। ਤਾਂ ਇਹ ਇੱਕ ਤਰ੍ਹਾਂ ਦੀ ਰੇਸ ਅਸੀਂ ਕਹਿ ਸਕਦੇ ਹਾਂ, ਇਹ ਰੇਸ ਲੱਗੀ ਆ, ਮਤਲਬ ਹੁਣ ਮੈਦਾਨ ਆ, ਮਤਲਬ ਮੈਦਾਨ ਖਾਲੀ ਪਿਆ ਆ ਪੰਜਾਬ ਦੇ ਵਿੱਚ ਸਿੱਖ ਪੋਲੀਟਿਕਸ ਦਾ। ਤਾਂ ਇਸ ਮੈਦਾਨ ਦੇ ਵਿੱਚ ਜਿਹੜੀ ਜਿੱਤਣ ਦੀ ਰੇਸ ਆ, ਜਿੱਧਰ ਇੱਕ ਪਾਸੇ ਹੁਣ ਸਿੱਖ ਭਾਵਨਾਵਾਂ ਵਾਲੇ ਜਿਹੜੇ ਲੋਕ ਨੇ, ਸੁਹਿਰਦ ਲੋਕ ਨੇ, ਉਹ ਯਤਨ ਕਰ ਰਹੇ ਆ ਵੀ ਭਾਵੇਂ ਵਿਦੇਸ਼ਾਂ 'ਚ ਬੈਠੇ ਹੋਣ, ਭਾਵੇਂ ਪੰਜਾਬ 'ਚ ਹੋਣ, ਕਿ ਜਿਹੜੀ ਸਿੱਖ ਪੋਲੀਟੀਕਲ ਡਿਸਕੋਰਸ ਆ ਉਹ ਇੰਡੀਅਨ
ਪ੍ਰਭਾਵ ਤੋਂ ਮੁਕਤ ਸਿਰਜਿਆ ਜਾਵੇ, ਉਸਾਰਿਆ ਜਾਵੇ। ਤੇ ਦੂਜੇ ਪਾਸੇ ਇੰਡੀਅਨ ਐਸਟੈਬਲਿਸ਼ਮੈਂਟ ਦਾ ਵੀ ਇਹ ਜ਼ੋਰ ਲੱਗਿਆ ਹੋਇਆ ਕਿ ਜਿਹੜਾ ਨਵਾਂ ਸਾਰਾ ਸਿੱਖ ਪੋਲੀਟੀਕਲ ਡਿਸਕੋਰਸ ਉਸਰਨਾ ਆ, ਉਹਦੇ ਵਿੱਚ ਕਿਵੇਂ ਉਹ ਮਤਲਬ ਉਹਨੂੰ ਆਪਣੇ ਮੁਤਾਬਕ ਉਸਾਰਨ। ਤਾਂ ਇਹ ਮਤਲਬ ਇਸ ਸਮੇਂ ਜਿਹੜੀ ਸਿੱਖਾਂ ਦਾ ਸਾਰਾ ਧਿਆਨ ਆ ਉਹ ਇਸ ਗੱਲ 'ਤੇ ਕੇਂਦਰਿਤ ਹੋਣਾ ਚਾਹੀਦਾ ਕਿ ਜਿਹੜੀ ਨਵੀਂ ਸਿੱਖ ਲੀਡਰਸ਼ਿਪ ਆ ਉਹ ਸਿੱਖ ਲੀਡਰਸ਼ਿਪ ਜਿਹੜੀ ਆ ਮਤਲਬ ਉਹਦੀ ਕ੍ਰੈਡੀਬਿਲਿਟੀ ਜਿਹੜੀ ਆ ਉਹ ਜੱਜ ਹੋਣੀ ਬੜੀ ਜ਼ਰੂਰੀ ਆ ਕਿ ਉਹ ਕਿਹੋ ਜਿਹੇ ਫੈਸਲੇ ਕਰ ਰਹੀ ਆ, ਉਹ ਸਿੱਖ ਪੋਲੀਟਿਕਸ ਦਾ ਡਿਸਕੋਰਸ ਕੀ ਐਸਟੈਬਲਿਸ਼ ਕਰ ਰਹੀ ਆ। ਤਾਂ ਮਤਲਬ ਇਹ ਜਿਹੜੇ ਆ ਸਾਰੇ ਕੇਸ ਨੇ ਜਾਂ ਇਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ। ਤਾਂ ਮਾਇਨੇ ਇਸ ਸਮੇਂ ਇਹ ਗੱਲ ਰੱਖ ਰਹੀ ਆ ਵੀ ਸਿੱਖ ਪੋਲੀਟੀਕਲ ਡਿਸਕੋਰਸ, ਸਿੱਖ ਲੀਡਰਸ਼ਿਪ ਜਿਹੜੀ ਐਸਟੈਬਲਿਸ਼ ਹੋ ਰਹੀ ਆ ਉਹ ਕਿਹੜੀ ਹੋ ਰਹੀ ਆ ਤੇ ਕਿਸ ਨੁਕਤੇ ਤੋਂ ਹੋ ਰਹੀ ਆ। ਤਾਂ ਉਹਦੇ ਵਿੱਚ ਹੁਣ ਸਾਡੇ ਸਾਹਮਣੇ ਆ ਜਿਹੜਾ ਪੰਜਾਬ ਦਾ ਪੋਲੀਟੀਕਲ ਸਨੈਰੀਓ ਆ ਅਮਰਵੀਰ ਸਿੰਘ ਜੀ, ਉਹ ਇਸ ਸਮੇਂ ਬੜਾ ਅਸਥਿਰ ਆ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੋ ਧੜੇ ਬਣ ਚੁੱਕੇ ਆ। ਮਤਲਬ ਸੁਖਬੀਰ ਸਿੰਘ ਬਾਦਲ ਜਿਵੇਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋਏ ਆ, ਹੁਣ ਅਕਾਲ ਤਖ਼ਤ ਸਾਹਿਬ ਦੇ ਰਾਹੀਂ ਉਹਨਾਂ ਨੂੰ ਸਜ਼ਾ ਲਾਉਣ ਦੀ ਗੱਲ ਹੋ ਰਹੀ ਆ, ਉਹ ਹਜੇ ਸਜ਼ਾ ਦਾ ਐਲਾਨ ਹੋਣਾ ਆ ਤੇ ਕਈ ਵੱਖੋ ਵੱਖਰੀਆਂ ਧਿਰਾਂ ਜਿਹੜੀਆਂ ਨੇ ਉਹ ਸਖ਼ਤ ਕਾਰਵਾਈ ਦੀ ਮੰਗ ਕਰ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਦੱਸਦੇ ਆ। ਜਿਨ੍ਹਾਂ ਦੇ ਵਿੱਚ ਜਸਵੀਰ ਸਿੰਘ ਰੋਡੇ ਜਿਹੜੇ ਆ ਉਹ ਪਿਛਲੇ ਕੁਝ ਸਮੇਂ ਤੋਂ ਕਾਫੀ ਸਰਗਰਮ ਹੋਏ ਆ, ਭਾਵੇਂ ਉਹ ਪਿਛਲੀਆਂ ਚੋਣਾਂ ਹੋਣ, ਆਪਣੇ ਇੰਟਰਨੈਸ਼ਨਲ ਪੰਥਕ ਦਲ ਉਹਨਾਂ ਦੀ ਜਥੇਬੰਦੀ ਆ ਉਹਦੇ ਨਾਲ, ਤੇ ਉਹਨਾਂ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਕਿਹਾ ਆ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇ। ਤੇ ਦੂਜੇ ਪਾਸੇ ਪੰਥਕ ਧਿਰਾਂ ਦੇ ਵੱਲੋਂ ਜਿਹੜਾ ਜਿਹੜਾ ਪੰਥ ਸੇਵਕ ਜਥਾ ਆ ਉਹਨਾਂ ਦਾ ਵੀ ਅੱਜ ਬਿਆਨ ਆਇਆ ਆ, ਇਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਜਿਹੜੇ ਉਹਨਾਂ ਦਾ ਇਹ ਮੰਨਣਾ ਆ ਕਿ ਅਕਾਲ ਤਖ਼ਤ ਸਾਹਿਬ ਨੂੰ ਵਰਤਣ ਦੀ ਮੁੜ ਕੋਸ਼ਿਸ਼ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਵੱਲੋਂ, ਭਾਵੇਂ ਉਹ ਮਤਲਬ ਵੱਖੋ ਵੱਖ ਹੋਏ ਨੇ ਅੱਜ, ਪਰ ਉਹ ਜਥੇਦਾਰਾਂ ਦੇ ਰਾਹੀਂ ਸੁਰਖਰੂ ਹੋਣਾ ਚਾਹੁੰਦੇ ਆ ਵੀ ਜਿਹੜਾ ਉਹਨਾਂ ਨੇ ਜਿਹੜੇ ਪਾਪ ਕਮਾਏ ਆ ਉਹਦੇ ਵਿੱਚ ਕੋਈ ਤਨਖਾਹ ਲਵਾ ਕੇ। ਤਾਂ ਉਹ ਤੋਂ ਵੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਇਹ ਜਥੇਦਾਰ ਨੇ ਇਹ ਵੀ ਆਜ਼ਾਦ ਨਹੀਂ ਆ, ਜਿਹੜੇ ਅੱਜ ਅਕਾਲ ਤਖ਼ਤ ਸਾਹਿਬ ਦੇ ਉੱਤੇ ਨੇ ਉਹ ਸੇਵਾਦਾਰ ਸ਼ਬਦ ਵਰਤੇ ਉਹਨਾਂ ਨੇ ਕਿ ਜਿਹੜੇ ਸੇਵਾਦਾਰ ਨੇ ਤਖ਼ਤਾਂ ਦੇ ਉਹ ਉਹਨਾਂ ਦਾ ਜਿਹੜਾ ਕੋਈ ਵੀ ਸਜ਼ਾ ਆ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਦੋਸ਼ ਮੁਕਤ ਕਰਨਾ ਕੋਈ ਤਨਖਾਹ ਲਾ ਕੇ ਉਹ ਕਦੇ ਵੀ ਪੰਥ ਨੂੰ ਪ੍ਰਵਾਨ ਨਹੀਂ ਹੋਊਗਾ। ਇੱਕ ਪਾਸੇ ਉਹਨਾਂ ਦਾ ਵੀ ਇਹ ਬਿਆਨ ਆਇਆ ਆ। ਤਾਂ ਮਤਲਬ ਇਹ ਦੂਜੇ ਪਾਸੇ ਜਿਹੜੀ ਇੱਕ ਹੋਰ ਗੱਲ ਕਰ ਲਈਏ ਕਿ ਜਿਹੜਾ ਰੱਖੜ ਪੁੰਨਿਆ ਦੇ ਮੇਲੇ ਉੱਤੇ ਹੁਣ ਜਿਹੜੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤੇ ਸੀ, ਸ਼ਹੀਦ ਭਾਈ ਬਿਆਨ ਸਿੰਘ ਦੇ ਸਪੁੱਤਰ, ਉਹ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਜੋ ਕਿ ਹੁਣ ਸਾਰਾ ਅੰਮ੍ਰਿਤਪਾਲ ਸਿੰਘ ਕਿਉਂਕਿ ਜੇਲ੍ਹ 'ਚ ਨੇ ਤਾਂ ਉਹਨਾਂ ਦੇ ਪਿੱਛੋਂ ਬਾਹਰ ਜਿਹੜੀ ਸਾਰੀ ਸਿਆਸੀ ਕਾਰਵਾਈ ਆ ਉਹਨਾਂ ਦੀ ਉਹ ਉਹਨਾਂ ਦੇ ਪਿਤਾ ਜੀ ਤਰਸੇਮ ਸਿੰਘ ਸਾਂਭ ਰਹੇ ਆ। ਤੇ ਤਰਸੇਮ ਸਿੰਘ ਅਤੇ ਸਰਬਜੀਤ ਸਿੰਘ ਹੋਰਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ ਆ ਰੱਖੜ ਪੁੰਨਿਆ ਦਾ ਜਿਹੜਾ ਮੇਲਾ ਹੁੰਦਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ, ਉਸ ਮੇਲੇ ਦੇ ਦੌਰਾਨ ਉਸ ਜੋੜ ਮੇਲੇ ਦੇ ਦੌਰਾਨ ਇੱਕ ਵੱਡੀ ਸਿਆਸੀ ਕਾਨਫਰੰਸ ਕਰਨ ਦਾ, ਤੇ ਉਹ ਸਾਰੇ ਜਥੇਬੰਦੀਆਂ ਨੂੰ ਤੇ ਪਿੰਡਾਂ ਦੇ ਵਿੱਚ ਜਾ ਕੇ ਵੀ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਕਿ ਲੋਕ ਉਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ। ਤੇ ਜਿੱਥੋਂ ਉਹਨਾਂ ਦਾ ਕਹਿਣਾ ਆ ਕਿ ਜਿਹੜੀ ਨਵੀਂ ਪੰਥਕ ਸਿਆਸਤ ਮਤਲਬ ਦੀ ਸ਼ੁਰੂਆਤ ਕਰਨ ਦੀ ਉਹ ਕੋਸ਼ਿਸ਼ ਕਰਨਗੇ। ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਕਈ ਧਿਰਾਂ ਨੇ ਵੀ ਜਿਹੜਾ ਇਹ ਖਲਾਅ ਆ ਅਮਰਵੀਰ ਸਿੰਘ ਜੀ ਇੱਕ ਸਿੱਖ ਸਿਆਸਤ ਦੇ ਵਿੱਚ ਨਵੀਂ ਸਿੱਖ ਸਿਆਸਤ ਦੀ ਸ਼ੁਰੂਆਤ ਹੋਣੀ ਆ, ਤਾਂ ਉਹਦੇ ਲਈ ਕਈ ਵੱਖੋ ਵੱਖਰੀਆਂ ਧਿਰਾਂ ਸਰਗਰਮ ਨੇ।
ਤਾਂ ਹੁਣ ਮਤਲਬ ਇਹ ਫੈਸਲਾ ਪੰਥ ਨੇ ਕਰਨਾ ਆ ਕਿ ਕਿਹੜੀ ਧਿਰ ਨੂੰ ਉਹਨਾਂ ਨੇ ਸਮਰਥਨ ਸਾਥ ਦੇਣਾ ਆ, ਕਿਹੋ ਜਿਹਾ ਨਵਾਂ ਢਾਂਚਾ ਸਟਰਕਚਰ ਸਿੱਖ ਸਿਆਸਤ ਦਾ ਪੰਜਾਬ ਦੇ ਵਿੱਚ ਉਸਰਨਾ ਹੈ। ਪਰ ਅੱਜ ਜੇ ਤੁਸੀਂ ਕੋਈ ਕਿਸੇ ਦੇ ਉੱਤੇ ਮਤਲਬ ਉਹ ਦੋਸ਼ ਲਾਉਣ ਵਾਲੀ ਗੱਲ ਹੋ ਜਾਂਦੀ ਆ, ਉਹ ਇਹ ਗੱਲ ਹੋ ਜਾਂਦੀ ਆ ਕਿ ਤੁਸੀਂ ਮਤਲਬ ਕੋਈ ਵੀ ਇੱਕ ਗੱਲ ਕਿਸੇ ਦੀ ਫੜ ਕੇ ਤੇ ਕਹੋ ਵੀ ਇਹ ਬੰਦਾ ਦੇਖੋ ਜੀ ਦਿੱਲੀ ਨਾਲ ਰਲ ਗਿਆ ਜਾਂ ਇਹ ਬੰਦਾ RSS ਦਾ ਆ, ਜੋ ਹਮੇਸ਼ਾ ਸਿੱਖਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਹੀ ਰਹੀਆਂ ਵੀ ਇਹ ਵਿਰੋਧ ਇੱਕ ਦੂਜੇ ਦਾ ਕਰਨਾ ਤਾਂ ਉਹਨੂੰ ਇਹੋ ਜਿਹੇ ਲਖਵਾਂ ਦੇ ਨਾਲ ਉਹਨੂੰ ਜੋੜਿਆ ਜਾਂਦਾ ਆ। ਪਰ ਮੇਰਾ ਇਹ ਮੰਨਣਾ ਆ ਕਿ ਇਸ ਸਮੇਂ ਜਿਹੜਾ ਕੇਂਦਰੀ ਨੁਕਤਾ ਆ ਸਿੱਖ ਸੰਗਤ ਦਾ, ਖਾਸ ਤੌਰ ਤੇ ਪੰਥ ਦਾ ਆ, ਉਹ ਪੰਜਾਬ ਦੇ ਵਿੱਚ ਸਿੱਖ ਸਿਆਸਤ ਨੂੰ ਲੈ ਕੇ ਇਹ ਜ਼ਰੂਰ ਹੋਣਾ ਚਾਹੀਦਾ ਆ ਕਿ ਮਤਲਬ ਜਿਹੜੀ ਸਿੱਖ ਸਿਆਸਤ ਉਸਰ ਰਹੀ ਆ ਉਹਦੇ ਤੇ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਆ ਉਹਦਾ ਪ੍ਰਭਾਵ ਤੇ ਨਹੀਂ, ਜਿਹੜੀ ਸਿੱਖ ਸਿਆਸਤ ਤੇ ਜਿਹੜੀ ਸਿੱਖ ਧਿਰ ਦੇ ਉੱਤੇ ਇੰਡੀਅਨ ਨੈਸ਼ਨਲਿਜ਼ਮ ਦਾ ਪ੍ਰਭਾਵ ਨਜ਼ਰ ਆਊਗਾ ਉਹਨੂੰ ਸਿੱਖਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਾ ਚਾਹੀਦਾ। ਤਾਂ ਇਹ ਸਪਸ਼ਟਤਾ ਸਿੱਖਾਂ ਦੇ ਵਿੱਚ ਇੰਨਾ ਲੰਮਾ ਸਮਾਂ ਮੂਵਮੈਂਟ ਦੇ ਵੇਲੇ ਇੰਨਾ ਆਪਣਾ ਐਡੀ ਵੱਡੀ ਜੰਗ ਲੜਨ ਤੋਂ ਬਾਅਦ, ਉਸ ਤੋਂ ਬਾਅਦ 95 ਤੋਂ ਬਾਅਦ ਸਾਰਾ ਪੋਲੀਟੀਕਲ ਸਫ਼ਰ ਤੈਅ ਕਰਨ ਤੋਂ ਬਾਅਦ ਜਿਹਦੇ ਵਿੱਚ ਨਮੋਸ਼ੀ ਪੱਲੇ ਪਈ ਆ, ਕੋਈ ਇਨਸਾਫ਼ ਨਹੀਂ ਮਿਲਿਆ। ਤਾਂ ਇਹ ਮੈਨੂੰ ਲੱਗਦਾ ਵੀ ਸਿੱਖਾਂ ਨੂੰ ਹੁਣ ਇਹ ਸਬਕ ਲੈ ਲੈਣਾ ਚਾਹੀਦਾ ਆ ਕਿ ਜਿਹੜੀ ਵੀ ਸਿੱਖ ਸਿਆਸਤ ਉਸਾਰੀ ਜਾਵੇ ਪੰਜਾਬ ਦੇ ਵਿੱਚ ਉਹ ਭਾਰਤੀ ਰਾਸ਼ਟਰਵਾਦ ਤੋਂ, ਇੰਡੀਅਨ ਨੈਸ਼ਨਲਿਜ਼ਮ ਤੋਂ ਪੂਰਨ ਤੌਰ ਤੇ ਮੁਕਤ ਹੋਣੀ ਚਾਹੀਦੀ ਆ। ਜੀ ਇਹ ਗੱਲ ਜਿਵੇਂ ਤੁਸੀਂ ਫਾਈਨਲ ਉਹ ਕੀਤੀ ਹੈ, ਮਤਲਬ ਇਹ ਦਰੁਸਤ ਹੈਗੀ ਹੈ, ਇਹ ਅਸੀਂ ਇਹ ਹੋਣਾ ਚਾਹੀਦਾ ਆ, ਅਤੇ ਭਾਵਨਾਤਮਕ ਤੌਰ ਦੇ ਉੱਤੇ ਇਹ ਚੀਜ਼ ਨਜ਼ਰ ਵੀ ਆਉਂਦੀ ਹੈ। ਜੇ ਇਹਨੂੰ ਇਲੈਕਟੋਰਲ ਪੋਲੀਟਿਕਸ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਇਹ ਦੋ ਸੀਟਾਂ ਦੇ ਜਿਹੜੇ ਇਲੈਕਸ਼ਨ ਰਿਜ਼ਲਟਸ ਹੈਗੇ ਨੇ ਫਰੀਦਕੋਟ ਦਾ ਅਤੇ ਖਡੂਰ ਸਾਹਿਬ ਦਾ, ਇਹ ਇਹੀ ਗੱਲ ਦੱਸਦੇ ਆ ਕਿ ਭਾਈ ਲੋਕਾਂ ਦੇ ਵਿੱਚ ਇਹ ਸਮਝ ਹੈਗੀ ਹੈ, ਲੋਕ ਇਹ ਡਿਫਰੈਂਸ਼ੀਏਟ ਕਰ ਪਾ ਰਹੇ ਨੇ ਕਿ ਭਾਈ ਜੋ ਸਟੇਟ ਕਰ ਰਹੀ ਹੈ ਉਹ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈ। ਅਸੀਂ ਪਿਛਲੇ 10-15 ਸਾਲਾਂ ਦਾ ਜੇ ਟਾਈਮ ਪੀਰੀਅਡ ਦੇਖਣਾ ਹੋਵੇ, ਬਲਵੰਤ ਸਿੰਘ ਰਾਜੋਆਣਾ ਨੂੰ ਜਦੋਂ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਉਦੋਂ ਤੋਂ ਲੈ ਕੇ ਸਰਬੱਤ ਖਾਲਸਾ ਦਾ ਟਾਈਮ ਪੀਰੀਅਡ ਹੈ, ਸਰਬੱਤ ਖਾਲਸਾ ਤੋਂ ਬਾਅਦ, ਮਤਲਬ ਜਿਹੜੀਆਂ ਹਰ ਮੌਕੇ 'ਤੇ ਇਹ ਘਟਨਾਵਾਂ ਨੇ ਇਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ। ਡੇਰਾ ਸਿਰਸਾ ਦਾ ਇਸ਼ੂ ਵੀ ਆਉਂਦਾ ਆ, ਮਾਫ਼ੀ ਦਾ ਜ਼ਿਕਰ ਆਉਂਦਾ ਆ, ਹਰ ਇੱਕ ਚੀਜ਼ ਉਹਦੇ 'ਚ ਮੈਟਰ ਕਰਦੀ ਹੈ। ਸੋ ਹਰ ਇੱਕ ਪੁਆਇੰਟ ਦੇ ਉੱਤੇ ਸਿੱਖ ਕੌਮ ਨੇ, ਪੰਥ ਨੇ ਇਹ ਗੱਲ ਮਹਿਸੂਸ ਕੀਤੀ ਹੈ ਕਿ ਜਿਹੜੀ ਸਟੇਟ ਹੈ, ਸਟੇਟ ਦੀ ਮਸ਼ੀਨਰੀ ਹੈ ਅਤੇ ਜਿਹੜਾ ਸਾਰਾ ਭਾਰਤੀ ਨਿਜ਼ਾਮ ਹੈ ਉਹ ਉਹਨਾਂ ਦੀ ਮਸ਼ੀਨਰੀ ਦੇ ਅੰਗ ਨੇ, ਉਹ ਭਾਵੇਂ ਪੁਲਿਸ ਮਹਿਕਮਾ ਹੋਵੇ, ਉਹ ਅਦਾਲਤਾਂ ਹੋਣ, ਉਹ ਆਮ ਜਿਹੜਾ ਪ੍ਰਸ਼ਾਸਨ ਆ ਉਹ ਜਦੋਂ ਅਸੀਂ ਦੇਖਦੇ ਹਾਂ ਉਹਦੇ ਵਿੱਚ ਸਾਡੇ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਭਾਈ ਲੋਕ ਇਹ ਦੇਖ ਰਹੇ ਨੇ ਇਸ ਵਕਤ ਅਤੇ ਮਹਿਸੂਸ ਕਰ ਰਹੇ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾ, ਅਤੇ ਭਾਵਨਾਤਮਕ ਤੌਰ ਦੇ ਉੱਤੇ ਉਹ ਇਹ ਗੱਲ ਸਮਝਦੇ ਨੇ ਅਤੇ ਇਸ ਗੱਲ ਨੂੰ ਰਿਜੈਕਟ ਵੀ ਕਰਦੇ ਨੇ। ਪਰ ਹੁਣ ਸਮੱਸਿਆ ਕਿੱਥੇ ਆ ਕੇ ਖੜੀ ਹੁੰਦੀ ਹੈ? ਸਮੱਸਿਆ ਇੱਥੇ ਆ ਕੇ ਸਾਡੇ ਸਾਹਮਣੇ ਆਉਂਦੀ ਹੈ ਕਿ ਇਸ ਦਾ ਕੋਈ ਬਦਲ ਅਸੀਂ ਨਹੀਂ ਦੇ ਪਾ ਰਹੇ ਜਾਂ ਨਹੀਂ ਸਿਰਜ ਪਾ ਰਹੇ, ਉਹ ਇਲੈਕਟੋਰਲ ਪੋਲੀਟਿਕਸ ਰਾਹੀਂ ਹੋਵੇ, ਕਿਸੇ ਹੋਰ ਤਰੀਕੇ ਦੇ ਰਾਹੀਂ ਹੋਵੇ, ਉਹ ਕੀ ਹੋਵੇ, ਕਿਸ ਕਿਸਮ ਦਾ ਹੋਵੇ, ਉਹ ਵੀ ਅੱਜ ਸਾਡੇ ਸਾਹਮਣੇ ਨਹੀਂ ਨਜ਼ਰ ਆ ਰਿਹਾ ਹੈਗਾ। ਅਤੇ ਉਹਦੇ ਹੀ ਕਿਤੇ ਨਾ ਕਿਤੇ ਰਿਜ਼ਲਟ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਇਸ ਵਕਤ ਵੱਡੇ ਲੈਵਲ ਦੇ ਉੱਤੇ ਜਿਹੜਾ ਆ ਉਹ ਭੰਬੜ ਭੂਸਾ ਜਿਹਾ ਨਜ਼ਰ ਆ ਰਿਹਾ। ਹਰ ਕੋਈ ਧੜਾ, ਹਰ ਕੋਈ ਬੰਦਾ ਆਪਣੀ ਕਿਸਮ ਦੀ ਗੱਲ ਕਰਨੀ ਚਾਹ ਰਿਹਾ ਅਤੇ ਗੱਲ ਕਰ ਰਿਹਾ, ਅਤੇ ਉਹਦਾ ਜਿਸ ਕਿਸਮ ਦਾ ਉਹਨਾਂ ਦਾ ਦਾਇਰਾਕਾਰ ਜਾਂ ਜਿਸ ਕਿਸਮ ਦਾ ਉਹਨਾਂ ਦਾ ਪ੍ਰਭਾਵ ਹੈ ਲੋਕਾਂ ਦੇ ਵਿੱਚ, ਉਵੇਂ ਦਾ ਉਹਨਾਂ ਨੂੰ ਰਿਸਪੌਂਸ ਮਿਲ ਰਿਹਾ। ਪਰ
ਵੱਡੇ ਲੈਵਲ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਧਿਰ, ਕੋਈ ਵੀ ਧੜਾ, ਕੋਈ ਵੀ ਉਸ ਕਿਸਮ ਦਾ ਬੰਦਾ ਸਾਨੂੰ ਨਹੀਂ ਨਜ਼ਰ ਆਉਂਦਾ ਜਿਹਦੇ ਥੱਲੇ ਅਸੀਂ ਇਹ ਕਹਿ ਸਕੀਏ ਕਿ ਭਾਈ ਓਕੇ ਇਹ ਤਰਜਮਾਨੀ ਹੋ ਰਹੀ ਹੈ। ਥੋੜ੍ਹੀ ਜਿਹੀ ਆਸ ਉਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਕੋਲੋਂ ਬੱਝੀ ਸੀ, ਪਰ ਉਹ ਵੀ ਜਿਵੇਂ ਐਪੀਸੋਡ ਜਾ ਕੇ ਹੁਣ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਆ, ਭਾਵੇਂ ਲੋਕ ਉਹਨਾਂ ਦੇ ਨਾਲ ਨੇ, ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਆ, ਪਰ ਜਿਸ ਕਿਸਮ ਦਾ ਵਰਤਾਰਾ ਜਾਂ ਰਿਸਪੋਂਸ ਸਟੇਟ ਦਾ ਆ ਉਹ ਨਹੀਂ ਨਜ਼ਰ ਆ ਰਿਹਾ ਕਿ ਉਹਨਾਂ ਨੂੰ ਉਹ ਉੱਥੋਂ ਬਾਹਰ ਕੱਢਣਗੇ ਜਾਂ ਈਵਨ ਕੱਢਿਆ ਜਾ ਸਕਦਾ। ਉਹਦੀਆਂ ਪਟੀਸ਼ਨਾਂ, ਕਾਨੂੰਨੀ ਚਾਰਾ ਜੋਈ, ਉਹ ਸਾਰਾ ਕੁਝ ਚੱਲ ਵੀ ਰਿਹਾ, ਪਰ ਉਹ ਨੇੜਲੇ ਭਵਿੱਖ ਦੇ ਵਿੱਚ ਨਹੀਂ ਨਜ਼ਰ ਆਉਂਦਾ ਕਿ ਉਸ ਕਿਸਮ ਦੀ ਕੋਈ ਵਿਧ ਬਣ ਸਕੇ ਕਿ ਉਹ ਬਾਹਰ ਆਉਣ ਅਤੇ ਇਹ ਸਾਰੇ ਪਾਰਟ ਨੂੰ ਕਿਸੇ ਪਾਸਿਓਂ ਜਿਹੜਾ ਹੈ ਉਹ ਕੋਈ ਰੂਪ ਰੇਖਾ ਦਿੱਤੀ ਜਾ ਸਕੇ। ਸੋ ਇਹ ਜਿਹੜਾ ਮੋੜ ਹੈ ਇਸ ਵਕਤ, ਜਿੱਥੇ ਪੰਥਕ ਸਿਆਸਤ ਹੋਵੇ, ਪੰਜਾਬ ਦੀ ਸਿਆਸਤ ਹੋਵੇ, ਜਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਸਿੱਖ ਪੋਲੀਟੀਕਲ ਡਿਸਕੋਰਸ ਹੈ ਉਹ ਇਸ ਮੋੜ ਦੇ ਉੱਤੇ ਖੜੀ ਹੈ, ਜਿੱਥੇ ਹਰ ਕੋਈ ਉਹਦੇ ਵਿੱਚ ਜਿਹੜੇ ਸਟੇਟ ਵੱਲੋਂ ਛੱਡੇ ਹੋਏ ਬੰਦੇ ਵੀ ਹੈਗੇ ਆ ਉਹ ਵੀ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਆ ਕਿ ਅਸੀਂ ਆਪਣੇ ਤੌਰ ਦੇ ਉੱਤੇ ਆਪਣੇ ਬੰਦਿਆਂ ਦੇ ਰਾਹੀਂ ਪੰਜਾਬ ਦੀ ਸਿਆਸਤ ਦੇ ਉੱਤੇ ਆ ਸਕਦੇ ਹਾਂ। ਅਸੀਂ ਦੇਖਦੇ ਹਾਂ BJP ਦਾ ਹੁਣ ਅਸੀਂ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ, ਪਟਨਾ ਸਾਹਿਬ ਬੋਰਡ ਹੋਵੇ, ਹਜ਼ੂਰ ਸਾਹਿਬ ਤਖ਼ਤ ਦੀ ਸੇਵਾ ਸੰਭਾਲ ਹੋਵੇ, ਉਹ ਹੁਣ ਅਸੀਂ ਈਵਨ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਾਅਦ ਦੇ ਵਿੱਚ ਹੋਣ ਦੇ ਵਿੱਚ ਆਈ ਹੈ, ਅਸੀਂ ਇਹ ਸਾਰਾ ਪਾਰਟ ਕਿਤੇ ਨਾ ਕਿਤੇ ਡਾਇਰੈਕਟਲੀ BJP RSS ਦੇ ਕੰਟਰੋਲ ਦੇ ਹੇਠ ਦੇਖਦੇ ਹਾਂ ਵੀ ਇੱਥੇ ਉਹ ਬੰਦੇ ਨੇ ਜਿਹੜੇ ਸਟੇਟ ਦੇ ਨਾਲ ਰਲ ਕੇ ਚੱਲਦੇ ਆ। ਪੰਜਾਬ ਦੇ ਵਿੱਚ ਜੇ ਉਹ ਸਿੱਧੇ ਤੌਰ 'ਤੇ ਨਹੀਂ ਸੀ, ਅਸਿੱਧੇ ਤੌਰ 'ਤੇ ਜੇ ਬਾਦਲ ਕਲੈਨ ਨੂੰ ਮੰਨਿਆ ਜਾਵੇ, ਤਾਂ ਅੱਜ ਦੀ ਡੇਟ ਦੇ ਵਿੱਚ ਹੁਣ ਉਹ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਉਹ ਚਾਹ ਰਹੇ ਨੇ ਕਿ ਅਸੀਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਵਿੱਚ ਆਈਏ, ਸਿਆਸਤ ਦੇ ਵਿੱਚ ਵੀ ਆਈਏ ਅਤੇ ਫਿਰ SGPC 'ਤੇ ਜਿਹੜੀ ਪੰਥਕ ਸਿਆਸਤ ਹੈ ਉਹ ਵੀ ਅਸੀਂ ਡਿਸਾਈਡ ਕਰੀਏ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਜ਼ਿਕਰ ਹੋਇਆ, ਜਿਵੇਂ ਜਦੋਂ ਖਾਲਸਾ ਸਾਜਣਾ ਦਿਵਸ ਦਾ ਅਸੀਂ ਜ਼ਿਕਰ ਕਰਦੇ ਹਾਂ ਜਾਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦੇ ਹਵਾਲੇ ਨਾਲ ਆਉਂਦਾ ਆ ਕਿ ਇੱਕ ਸਟੇਜ ਦੇ ਉੱਤੇ RSS ਦੇ ਆਗੂਆਂ ਨੇ ਉਹਨਾਂ ਨੂੰ ਡਾਇਰੈਕਟਲੀ ਕਿਹਾ ਸੀਗਾ ਵੀ ਤੁਸੀਂ ਸਾਡੇ ਨਾਲ ਨਹੀਂ ਸਹਿਚਾਰ ਉਸ ਹਿਸਾਬ ਦਾ ਰੱਖਦੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸਿਆਸਤ ਨੂੰ ਅਸੀਂ ਡਿਸਾਈਡ ਕਰਾਂਗੇ। ਸੋ ਗੱਲ ਹੁਣ ਉੱਥੇ ਆਣ ਕੇ ਪਹੁੰਚੀ ਹੈ, ਪਰ ਸਾਡੇ ਲਈ ਸਵਾਲ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਉੱਥੇ ਹੀ ਆ ਕੇ ਖੜ੍ਹਾ ਹੁੰਦਾ ਵੀ ਹੁਣ ਅੱਗੇ ਕੀ ਅਤੇ ਅੱਗੇ ਕਿਵੇਂ ਇਹ ਸਾਰੇ ਪਾਰਟ ਨੂੰ ਰੂਪਰੇਖਾ ਕਿਵੇਂ ਦਿੱਤੀ ਜਾ ਸਕਦੀ ਹੈ ਤਾਂ ਕਿ ਭਾਵੇਂ ਸਟੈਪ ਬਾਏ ਸਟੈਪ ਸਹੀ, ਕਿਉਂਕਿ ਇੰਡੀਅਨ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ, ਉੱਥੋਂ ਦੇ ਸਾਰੀ ਸਿਆਸਤ ਦੇ ਵਿੱਚ ਰਹਿੰਦਿਆਂ ਹੋਇਆਂ ਕੀ ਅਜਿਹੀ ਰੂਪਰੇਖਾ ਬਣ ਸਕਦੀ ਹੈ ਕਿ ਇਸ ਪਾਰਟ ਨੂੰ ਪੰਥਕ ਸਿਆਸਤ ਨੂੰ ਮੁੱਖ ਰੱਖਦਿਆਂ ਹੋਇਆਂ ਕੋਈ ਸਟੈਪ ਚੁੱਕਿਆ ਜਾ ਸਕੇ ਅਤੇ ਉਹ ਥਾਂ ਬਣ ਸਕੇ ਉਸ ਸਿਸਟਮ ਦੇ ਵਿੱਚ ਕਿ ਅਸੀਂ ਸਟੈਪ ਅੱਗੇ ਵਧਾ ਸਕੀਏ। ਅਮਰਵੀਰ ਸਿੰਘ ਜੀ, ਦੇਖੋ ਮਤਲਬ ਇਹਦੇ 'ਤੇ ਵੱਖੋ ਵੱਖ ਰਾਏ ਹੋ ਸਕਦੀ ਆ, ਪਰ ਅਸੀਂ ਇਹ ਦੇਖੀਏ ਵੀ ਪਹੁੰਚ ਕੀ ਆ, ਵੱਖੋ ਵੱਖ ਜਿਹੜੀਆਂ ਧਿਰਾਂ ਨੇ ਉਹ ਜਿਹੜੇ ਕੋਸ਼ਿਸ਼ ਕਰ ਰਹੇ ਆ ਕਿ ਇਸ ਖਲਾਅ ਦੇ ਵਿੱਚ ਜਿਹੜੀ ਥਾਂ ਆ ਉਹਨੂੰ ਭਰਿਆ ਜਾਵੇ, ਤਾਂ ਉਹ ਸਾਰਿਆਂ ਦੀ ਆਪੋ ਆਪਣੀ ਪਹੁੰਚ ਆ, ਆਪੋ ਆਪਣੀ ਅਪਰੋਚ ਆ, ਸਮੇਂ ਦਰ ਸਮੇਂ ਜਿਹੜੀ ਲਈ ਜਾਂਦੀ ਆ। ਅਤੇ ਪਰ ਜੋ ਬੰਗਲਾਦੇਸ਼ 'ਚ ਹੋਇਆ ਅਮਰਵੀਰ ਸਿੰਘ ਜੀ, ਤਾਂ ਉਹ ਗੱਲ ਇਹ ਸਪਸ਼ਟ ਆ ਕਿ ਉੱਥੇ ਇਸ ਵਾਰ ਜਿਹੜੀ ਸਰਕਾਰ ਆ ਉੱਥੇ ਦੇ ਜਿਹੜਾ ਉੱਥੇ ਤਖ਼ਤਾ ਪਲਟ ਹੋਇਆ ਉਹਦਾ ਫੈਸਲਾ ਲੋਕਾਂ ਨੇ ਕੀਤਾ ਜੀ,
ਤੇ ਪੰਜਾਬ ਦੇ ਵਿੱਚ ਜਿਹੜਾ ਸਿੱਖਾਂ ਦੀ ਇਸ ਸਮੇਂ ਜਿਹੜੀ ਮਨੋਸਥਿਤੀ ਆ ਉਹ ਪਿਛਲੇ ਲੰਮੇ ਸਮੇਂ ਤੋਂ ਇੰਨਾ ਕੁ ਜ਼ੁਲਮ ਭਾਰਤੀ ਹਕੂਮਤ ਨੇ ਸਿੱਖਾਂ 'ਤੇ ਕੀਤਾ ਆ ਕਿ ਸਿੱਖਾਂ ਦੀ ਜਿਹੜੀ ਮਨੋਸਥਿਤੀ ਆ ਉਹ ਕਿਸਾਨ ਸੰਘਰਸ਼ ਤੋਂ ਲੈ ਕੇ ਅਤੇ ਹੁਣ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਹੋਣ ਚਾਹੇ ਭਾਈ ਸਰਬਜੀਤ ਸਿੰਘ ਹੋਣ, ਉਹਨਾਂ ਦੀ ਜਿੱਤ ਹੋਵੇ, ਉਸ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਵੇ ਤਾਂ ਇਹ ਕਾਫੀ ਸਟਰੋਂਗਲੀ ਸਿੱਖ ਪੋਪੂਲੇਸ਼ਨ ਜਿਹੜੀ ਆ ਉਹ ਮੈਸੇਜ ਦੇ ਰਹੀ ਆ ਕਿ ਉਹਨਾਂ ਨੂੰ ਭਾਰਤੀ ਨਿਜ਼ਾਮ 'ਤੇ ਭਾਰਤੀ ਸਿਸਟਮ 'ਤੇ ਕੋਈ ਵੀ ਭਰੋਸਾ ਨਹੀਂ ਰਿਹਾ ਆ। ਤਾਂ ਸਿਰਫ ਤੇ ਸਿਰਫ ਇੱਕ ਸਮਾਂ ਆ ਕਿ ਅੱਜ ਮਤਲਬ ਸਿੱਖ ਜਿਹੜੇ ਆ ਇਸ ਸਿਸਟਮ ਦੇ ਵਿੱਚ ਰਹਿਣ ਲਈ ਮਜਬੂਰ ਨੇ, ਤਾਂ ਕਰਕੇ ਉਹ ਜਿਹੜੇ ਆਪਣੇ ਰੋਜ਼ ਮਰਾ ਦੇ ਉਹਨਾਂ ਦੇ ਕੰਮ ਕਾਜ ਹੁੰਦੇ ਨੇ ਉਹ ਇਸ ਸਿਸਟਮ ਦੇ ਵਿੱਚ ਕਰਾਉਣੇ ਪੈਂਦੇ ਨੇ। ਤਾਂ ਉਸ ਕਰਕੇ ਅੱਜ ਉਹ ਜਿੰਨੀਆਂ ਕੁ ਮਿਨੀਮਮ ਅਸੀਂ ਕਹਿ ਸਕਦੇ ਕਿ ਇਨਵੋਲਵਮੈਂਟ ਸਿਸਟਮ 'ਚ ਹੁੰਦੀ ਆ ਤਾਂ ਮੋਸਟ ਆਫ ਦਾ ਪੋਪੂਲੇਸ਼ਨ ਜਿਹੜੀ ਸਿੱਖਾਂ ਦੀ ਆ ਉਹ ਕਰ ਰਹੀ ਆ ਜੀ। ਪਰ ਜਦੋਂ ਕੋਈ ਮੌਕਾ ਕੋਈ ਇਹੋ ਜਿਹਾ ਸਮਾਂ ਬਣਨਾ ਆ ਤਾਂ ਉਹਦੇ ਵਿੱਚ ਜਿਹੜੀ ਸਿੱਖ ਪੋਪੂਲੇਸ਼ਨ ਆ ਉਹ ਇਹ ਨਜ਼ਰ ਆ ਰਿਹਾ ਕਿ ਕਾਫੀ ਡਿਟਰਮਿੰਡ ਆ ਕਿ ਉਹ ਆਪਣਾ ਇੰਡੀਪੈਂਡੈਂਟ ਸੋਵਰਨ ਸਿਸਟਮ ਜਿਹੜਾ ਆ ਉਹ ਸੈਟਅਪ ਕਰਨਾ ਚਾਹੁੰਦੀ ਆ, ਕਿਉਂਕਿ ਸਿੱਖਾਂ ਨੂੰ ਇਹ ਗੱਲ ਪਤਾ ਲੱਗ ਚੁੱਕੀ ਆ ਕਿ ਇੰਡੀਅਨ ਐਸਟੈਬਲਿਸ਼ਮੈਂਟ ਦੇ ਅੰਡਰ ਉਹਨਾਂ ਦਾ ਨਾ ਧਰਮ ਸੁਰੱਖਿਅਤ ਆ, ਨਾ ਉਹਨਾਂ ਦੀ ਪਛਾਣ ਸੁਰੱਖਿਅਤ ਆ, ਨਾ ਉਹਨਾਂ ਦੀ ਬੋਲੀ ਸੁਰੱਖਿਅਤ ਆ, ਨਾ ਉਹਨਾਂ ਦੇ ਪਾਣੀ ਸੁਰੱਖਿਅਤ ਆ, ਨਾ ਉਹਨਾਂ ਦੀ ਜਵਾਨੀ ਸੁਰੱਖਿਅਤ ਆ, ਤੇ ਖੇਤੀ ਵੀ ਉਹਨਾਂ ਦੀ ਸੁਰੱਖਿਅਤ ਨਹੀਂ। ਮਤਲਬ ਜ਼ਮੀਨ ਤੋਂ ਲੈ ਕੇ ਜਵਾਨੀ ਤੱਕ ਸਾਰਾ ਕੁਝ ਜਿਹੜਾ ਆ ਉਹ ਬਰਬਾਦੀ ਦੇ ਕੰਢੇ 'ਤੇ ਪਹੁੰਚ ਚੁੱਕਿਆ ਆ। ਤਾਂ ਇਸ ਕਰਕੇ ਜਿਹੜੀ ਗੱਲ ਲੀਡਰਸ਼ਿਪ ਦੀ ਫਿਰ ਆਉਂਦੀ ਆ ਅਮਰਵੀਰ ਸਿੰਘ ਜੀ, ਤਾਂ ਉਹਦੇ 'ਚ ਸਪਸ਼ਟ ਆ ਕਿ ਮਤਲਬ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਕਿ ਜੇ ਅੱਜ ਵੱਧ ਜਿਹੜੀ ਸਪੇਸ ਮਿਲਣੀ ਆ ਸਿੱਖਾਂ ਦੇ ਵਿੱਚ ਉਹ ਉਸੇ ਧਿਰ ਨੂੰ ਮਿਲਣੀ ਆ ਜਿਹਨੇ ਭਾਰਤੀ ਸਿਸਟਮ ਨਾਲੋਂ ਅਲੈਦਗੀ ਦੇ ਨਾਲ ਉਸ ਧਰਤੀ 'ਤੇ ਵਿਚਰਨਾ ਹੈ। ਤਾਂ ਅਲੈਦਗੀ ਦਾ ਮਸਲਾ ਇਹ ਨਹੀਂ ਕਿ ਜੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਚੋਣ ਲੜ ਲਈ ਆ ਤਾਂ ਉਹ ਭਾਰਤੀ ਸਿਸਟਮ ਦੇ ਵਿੱਚ ਚਲੇ ਗਏ ਆ। ਚੋਣਾਂ ਲੜਨ ਦੇ ਨਾਲ ਕੋਈ ਇੰਡੀਅਨ ਨੈਸ਼ਨਲਿਜ਼ਮ ਦਾ ਪੁਜਾਰੀ ਨਹੀਂ ਬਣ ਜਾਂਦਾ। ਤੁਸੀਂ ਇਹ ਮਤਲਬ ਜਿਹੜੀਆਂ ਚੋਣਾਂ ਨੇ ਉਹ ਇੱਕ ਤਰੀਕੇ ਦੇ ਨਾਲ ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰੀ ਅੱਜ ਤੱਕ ਚੋਣਾਂ ਲੜਦੇ ਰਹੇ ਆ ਤਾਂ ਸਿਮਰਨਜੀਤ ਸਿੰਘ ਮਾਨ ਹੋਰੀ ਕੋਈ ਇੰਡੀਅਨ ਨੈਸ਼ਨਲਿਜ਼ਮ ਦੇ ਪੁਜਾਰੀ ਨਹੀਂ ਬਣੇ। ਉਹ ਠੋਕ ਵਜਾ ਕੇ ਜਿਹੜੀ ਸਿੱਖ ਸੋਵਰੈਨਿਟੀ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ, ਉਹ ਚੋਣ ਪ੍ਰਣਾਲੀ ਦਾ ਹਿੱਸਾ ਬਣਨ ਦੇ ਬਾਵਜੂਦ ਵੀ ਉੱਥੇ ਕਰਦੇ ਰਹੇ ਆ। ਤਾਂ ਜਿਹੜੀ ਗੱਲ ਮੈਂ ਕਹਿ ਰਿਹਾ ਵੀ ਜਿਹੜਾ ਡਿਸਕੋਰਸ ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਭਾਵੇਂ ਚੋਣਾਂ ਦੇ ਵਿੱਚ ਉਹ ਹਿੱਸਾ ਲੈਂਦੇ ਰਹੇ ਪਰ ਉਹਨਾਂ ਨੇ ਜਿਹੜਾ ਆਪਣੀ ਪੋਲੀਟਿਕਸ ਦਾ ਡਿਸਕੋਰਸ ਸੀ ਉਹ ਸਿੱਖ ਸੋਵਰੈਨਿਟੀ ਦਾ ਰੱਖਿਆ ਜੀ। ਤੇ ਮਤਲਬ ਜਿਹੜੀ ਹੁਣ ਅੱਗੇ ਮਤਲਬ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ ਉਹਨੇ ਵੀ ਚੋਣ ਪ੍ਰਣਾਲੀ ਦਾ ਉਹ ਵੀ ਹਿੱਸਾ ਬਣਿਆ ਪਰ ਉਹਨੇ ਆਪਣਾ ਪੋਲੀਟੀਕਲ ਡਿਸਕੋਰਸ ਇੰਡੀਅਨ ਨੈਸ਼ਨਲਿਜ਼ਮ ਵਾਲਾ ਰੱਖਿਆ। ਤਾਂ ਸਿੱਖਾਂ ਨੂੰ ਹੁਣ ਨਵੇਂ ਬਾਦਲ ਨਹੀਂ ਚਾਹੀਦੇ। ਤਾਂ ਸਿੱਖਾਂ ਨੂੰ ਸਿਮਰਨਜੀਤ ਸਿੰਘ ਮਾਨ ਜਿਹਨੇ ਵੀ ਵੋਟ ਪ੍ਰਣਾਲੀ 'ਚ ਜਾਣਾ ਆ, ਜਿਹਨੇ ਚੋਣ ਪ੍ਰਣਾਲੀ 'ਚ ਜਾਣਾ ਆ, ਤਾਂ ਉਹਦੇ ਲਈ ਇਹ ਜ਼ਰੂਰੀ ਆ ਕਿ ਜਿਹੜੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇੱਕ ਲੰਮੇ ਸਮੇਂ ਤੋਂ ਲਾਈਨ ਡਰਾ ਕੀਤੀ ਆ ਉਹਨੂੰ ਉਸ ਲਾਈਨ ਨੂੰ ਮਜ਼ਬੂਤ ਕਰੇ। ਤੇ ਉਸ ਲਾਈਨ ਦੇ ਉੱਤੇ ਚੱਲਦਿਆਂ ਫਿਰ ਇਹ ਗੱਲ ਸਪਸ਼ਟ ਆ ਵੀ ਜਦੋਂ ਤੁਸੀਂ ਉਸ ਲਾਈਨ 'ਤੇ ਚੱਲਦੇ ਹੋ ਤਾਂ ਤੁਹਾਨੂੰ ਐਮ ਪੀ ਬਣਨ ਤੋਂ ਬਾਅਦ ਵੀ, ਤੁਹਾਨੂੰ ਐਮ ਐਲ ਏ ਬਣਨ ਤੋਂ ਬਾਅਦ ਵੀ, ਸਰਕਾਰਾਂ ਬਣਾਉਣ ਤੋਂ ਬਾਅਦ ਤੁਹਾਡੀਆਂ ਸਰਕਾਰਾਂ ਡਿੱਗਣੀਆਂ ਵੀ ਨੇ, ਐਮ ਐਲ ਏ ਬਣਨ ਤੋਂ ਬਾਅਦ ਵੀ ਤੁਹਾਨੂੰ ਜੇਲ੍ਹਾਂ 'ਚ ਸੁੱਟਿਆ ਜਾਣਾ, ਐਮ ਪੀ ਬਣਨ ਤੋਂ ਬਾਅਦ ਵੀ ਤੁਹਾਨੂੰ ਜੇਲ੍ਹਾਂ 'ਚ ਸੁੱਟਿਆ ਜਾਣਾ, ਤੁਹਾਡੇ ਹਲਕਿਆਂ ਨੂੰ, ਤੁਹਾਡੇ ਪਿੰਡਾਂ ਨੂੰ ਭਾਰਤ ਸਰਕਾਰ ਨੇ ਪੈਸਾ ਨਹੀਂ ਦੇਣਾ। ਪਰ ਸਿੱਖਾਂ ਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਆ ਕਿ ਵਿਕਾਸ ਕਦੇ ਆਜ਼ਾਦੀ ਦਾ ਬਦਲ ਨਹੀਂ ਹੁੰਦਾ, ਕਿ ਤੁਹਾਡੀਆਂ ਸੜਕਾਂ, ਗਲੀਆਂ, ਨਾਲੀਆਂ ਜਿਹੜਾ ਆ
ਉਹ ਤੁਹਾਡੀ ਆਜ਼ਾਦੀ ਦੀ ਥਾਂ ਨਹੀਂ ਲੈ ਸਕਦੀਆਂ। ਸੜਕਾਂ ਗਲੀਆਂ ਨਾਲੀਆਂ ਨੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਹੀਂ ਬਚਾਉਣੀਆਂ, ਤੁਹਾਡੀਆਂ ਇੱਜ਼ਤਾਂ ਜਿਹੜੀਆਂ ਆ, ਤੁਹਾਡੀ ਸਵਰੈਨਿਟੀ, ਤੁਹਾਡੀ ਆਜ਼ਾਦੀ ਨੇ ਬਚਾਉਣੀਆਂ। ਇਸੇ ਕਰਕੇ ਜਿਹੜੀਆਂ ਕੌਮਾਂ ਹੁੰਦੀਆਂ ਨੇ ਉਹ ਆਜ਼ਾਦੀ ਲੈਣ ਖਾਤਰ ਆਪਣਾ ਸਾਰਾ ਕੁਝ ਦਾਅ ਤੇ ਲਾਉਣ ਲਈ ਤਿਆਰ ਹੋ ਜਾਂਦੀਆਂ ਨੇ, ਤੇ ਜਦੋਂ ਆਜ਼ਾਦ ਹੋ ਜਾਂਦੀਆਂ ਨੇ ਫਿਰ ਉਹ ਆਪਣਾ ਜਿਹੜਾ ਆਪਣੀਆਂ ਆਪਣੇ ਦੇਸ਼ ਹੁੰਦੇ ਨੇ ਉਹਨਾਂ ਦਾ ਨਿਰਮਾਣ ਕਰਨਾ ਸ਼ੁਰੂ ਕਰਦੀਆਂ ਨੇ ਜੀ। ਪਰ ਪਹਿਲਾਂ ਉਹ ਦੇਸ਼ ਨਿਰਮਾਣ ਕਰਨ ਤੋਂ ਪਹਿਲਾਂ ਉਹ ਜੰਗਾਂ ਲੜਦੀਆਂ ਨੇ, ਤੇ ਜੰਗਾਂ ਦੇ ਵਿੱਚ ਬਰਬਾਦੀ ਹੁੰਦੀ ਹੈ। ਇਹ ਗੱਲਾਂ ਸਿੱਖਾਂ ਜਿਹੜੀਆਂ ਦੁਨੀਆਂ ਦਾ ਇਤਿਹਾਸ ਆ, ਸਾਰੀਆਂ ਕੌਮਾਂ ਨੇ ਇਸ ਸਫ਼ਰ ਦੇ ਵਿੱਚੋਂ ਕੌਮਾਂ ਲੰਘੀਆਂ ਨੇ, ਤਾਂ ਸਿੱਖਾਂ ਨੂੰ ਵੀ ਅੱਜ ਇਹ ਸਪਸ਼ਟ ਹੋਣਾ ਚਾਹੀਦਾ ਕਿ ਉਹਨਾਂ ਦੇ ਲਈ ਜਿਹੜਾ ਆਪਣਾ ਸਵੈਮਾਣ ਆ, ਉਹਨਾਂ ਦੀ ਇੱਜ਼ਤ ਆ, ਉਹਦੀ ਬਹਾਲੀ ਸਭ ਤੋਂ ਪਹਿਲਾਂ ਮਸਲਾ ਆ। ਜੇ ਉਹ ਤਾਂ ਹੀ ਹੋ ਸਕਦੀ ਆ ਜੇ ਸਿੱਖ ਜਿਹੜੇ ਆ ਆਪਣਾ ਸੋਵਰਨ ਜਿਹੜਾ ਰਾਜ ਆ ਆਪਣਾ ਆਪਣੀ ਪਾਤਸ਼ਾਹੀ ਨੂੰ ਅਸਟੈਬਲਿਸ਼ ਕਰਦੇ ਆ ਉਸ ਖਿੱਤੇ ਦੇ ਵਿੱਚ, ਤੇ ਜਿਹੜੀ ਸਿੱਖ ਪੋਲੀਟਿਕਸ ਆ ਉਹ ਭਾਵੇਂ ਕੋਈ ਵੋਟਾਂ 'ਚ ਹਿੱਸਾ ਲੈਣ ਵਾਲੀ ਹੋਵੇ, ਭਾਵੇਂ ਉਹ ਵੋਟਾਂ ਤੋਂ ਬਾਹਰ ਰਹਿਣ ਵਾਲੀ ਹੋਵੇ, ਕੋਈ ਵੀ ਹੋਵੇ, ਉਹਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਆ ਕਿ ਉਹਦਾ ਜਿਹੜਾ ਪੋਲੀਟੀਕਲ ਡਿਸਕੋਰਸ ਆ ਉਹ ਇੰਡੀਅਨ ਨੈਸ਼ਨਲਿਜ਼ਮ ਵਾਲਾ ਨਹੀਂ, ਉਹ ਜਿਹੜਾ ਸਿੱਖ ਸੋਵਰੈਨਿਟੀ ਵਾਲਾ ਹੋਣਾ ਚਾਹੀਦਾ। ਜੀ ਚਲੋ, ਇਸ ਪਾਰਟ ਨੂੰ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਇੱਥੇ ਹੀ ਉਹ ਕਰਦੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਡਿਫਰੈਂਟ ਖਬਰਾਂ ਦੇ ਨਾਲ ਸਾਡੇ ਦਰਸ਼ਕਾਂ ਤੋਂ ਵਿਊਅਰਸ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਇੱਕ ਛੋਟੇ ਜਿਹੇ ਕਮਰਸ਼ਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ।